ਸੋ ਵੀ ਦੋਸਤੋ ਸੁਹਾਗਾ ਸਟਾਰਟ ਕਰਤਾ ਜੀ IMT ਦੇ ਨਾਲ ਤੇ ਜਿਹੜਾ ਸੁਹਾਗਾ ਜੀ ਆਪਣਾ ਲੋਹੇ ਦਾ ਜੀ ਇਹ 11 ਫੁੱਟ ਆਇਆ ਜੀ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਵਾਹੀ ਦਾ ਕੰਮ ਚੱਲ ਰਿਹਾ ਜੀ ਕਿਉਂਕਿ ਸਰੋਂ ਤੋਂ ਬਾਅਦ ਤੁਸੀਂ ਦੇਖ ਹੀ ਲਿਆ ਸੀਗਾ ਇਹਦੇ 'ਚ ਆਪਾਂ ਸੁਪਰ ਸੀਡਰ ਮਾਰਤਾ ਸੀਗਾ ਉਹ ਤੋਂ ਬਾਅਦ ਮੈਂ ਤਵੀਆਂ ਕੱਢੀਆਂ ਸੀਗੀਆਂ ਅਤੇ ਤਵੀਆਂ ਦੀ ਮੈਂ ਵੀਡੀਓ ਬਣਾ ਨਹੀਂ ਸਕਿਆ ਕਿਉਂਕਿ ਮੈਂ ਇਕੱਲਾ ਹੀ ਸੀਗਾ ਅਤੇ ਅੱਜ ਆਪਾਂ ਇਹਦੇ 'ਚ ਹੁਣ ਕੱਢ ਰਹੇ ਹਾਂ ਕਲਟੀਵੇਟਰ ਦੋਸਤੋ ਦੇਖੋ ਜੀ ਦੋਵੇਂ ਲੀਵਰ ਡਾਊਨ ਆ ਲੋ ਵੀ ਦੋਸਤੋ ਦੋਵੇਂ ਲੀਵਰ ਆਪਾਂ ਡਾਊਨ ਕਰ ਦਿੱਤੇ ਆ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅਤੇ ਕਲਟੀਵੇਟਰਾਂ 'ਤੇ ਆਪਾਂ ਦੋ ਜਣੇ ਖੜ੍ਹੇ ਹਾਂ ਜੀ ਦੋਨੋਂ ਸਾਈਡ 'ਤੇ ਅਤੇ ਦੋਵੇਂ ਲੀਵਰ ਸੱਟੇ ਹੋਏ ਆ ਅਤੇ ਦੇਖੋ ਜੀ ਐਨ ਵਧੀਆ ਤੁਰੀ ਆਉਂਦਾ ਜੀ ਅਤੇ ਮੇਰੇ ਹਿਸਾਬ ਨਾਲ ਜਿਹੜੇ ਆਪਾਂ ਵੇਟ ਪਾਏ ਆ ਜੀ ਦੋਨੋਂ ਸਾਈਡ ਇਹਦਾ ਵੀ ਬਹੁਤ ਫਰਕ ਪਿਆ ਪਰਫੋਰਮੈਂਸ 'ਤੇ ਟਰੈਕਟਰ ਦੀ ਆਹ ਦੇਖੋ ਤੁਹਾਡੇ ਸਾਹਮਣੇ ਆ ਜੀ ਲਓ ਜੀ ਗੱਡ ਕੇ ਟਿੱਲਰ ਲਾ ਦਿੱਤੇ ਜੀ ਪੂਰੇ ਦੋਵੇਂ ਲੀਵਰ ਡਾਊਨ ਕਰਕੇ ਲੋ ਵੀ ਦੋਸਤੋ ਸੁਹਾਗਾ ਸਟਾਰਟ ਕਰਤਾ ਜੀ IMT ਦੇ ਨਾਲ ਅਤੇ ਜਿਹੜਾ ਸੁਹਾਗਾ ਜੀ ਆਪਣਾ ਲੋਹੇ ਦਾ ਜੀ ਇਹ 11 ਫੁੱਟ ਆਇਆ ਜੀ ਇਹ ਅਤੇ ਇਹ ਤੋਂ ਬਾਅਦ ਆਪਾਂ ਰੋਟਾਵੇਟਰ ਦੇ ਕੇ ਜੀ ਅਤੇ ਸਿਆੜ ਕੱਢ ਦੇਣੇ ਆ ਟਰੈਕਟਰ ਇਸ ਟਾਈਮ ਪਹਿਲੇ ਹਾਈ ਦੇ ਗੇਅਰ 'ਚ ਆ ਜੀ ਅਤੇ 13 ਦੇ ਟਾਇਰ ਹੋਣ ਕਰਕੇ ਤੋਰਾ ਵੱਧ ਆ ਜੀ ਅਤੇ ਸੌਖਾ ਹੀ ਤੁਰੀ ਆਉਂਦਾ ਜੀ ਅਤੇ ਸੁਹਾਗੇ ਦੇ ਉੱਤੇ DAP ਸ਼ੁਰੂ ਕਰਨਾ ਜੀ ਹੁਣ ਮੈਂ ਅਤੇ ਵਿੱਚ ਮੈਂ ਚਲੋ ਥੋੜ੍ਹਾ ਇਹ ਸੁਹਾਗੇ ਦੀ ਵੀਡੀਓ ਦੇ ਦਈਏ ਅਤੇ ਠੀਕ ਹੈ ਦੋਸਤੋ ਵੀਡੀਓ 'ਚ ਬਣੇ ਰਹੋ ਅੱਗੇ ਮੈਂ DAP ਪਾ ਕੇ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਰੋਟਾਵੇਟਰ ਦੇਣਾ ਜੀ ਉਹ ਵੀ ਵਿੱਚ ਮੈਂ ਐਡ ਕਰ ਦੂੰਗਾ ਲੋ ਵੀ ਦੋਸਤੋ ਹੁਣ ਆਪਾਂ DAP ਲੱਗੇ ਹਾਂ ਜੀ ਸ਼ੁਰੂ ਕਰਨ ਅਤੇ DAP ਦੀ ਜਿਹੜੀ ਡੋਜ਼ ਆਪਾਂ ਪਰ ਏਕੜ ਰੱਖੀ ਹੈ ਜੀ 75 ਕਿਲੋ ਯਾਨੀ ਕਿ ਡੇਢ ਗੱਟਾ ਆਪਾਂ ਪਰ ਏਕੜ ਦੇ ਹਿਸਾਬ ਨਾਲ ਪਾ ਰਹੇ ਹਾਂ ਜੀ ਅਤੇ ਚਲੋ ਹੁਣ ਮੈਂ DAP ਪਾ ਕੇ ਅਤੇ ਉਸ ਤੋਂ ਬਾਅਦ ਅਗਲੀ ਵੀਡੀਓ ਕੰਟੀਨਿਊ ਕਰਦੇ ਹਾਂ ਜੀ ਬਣੇ ਰਹੋ ਵੀਡੀਓ ਦੇ ਵਿੱਚ ਲੋ ਵੀ ਦੋਸਤੋ ਸੁਹਾਗਾ ਦੇ ਕੇ ਉਸ ਤੋਂ ਬਾਅਦ DAP ਲੱਗ ਗਿਆ ਜੀ ਆਪਣਾ ਅਤੇ ਉਸ ਤੋਂ ਬਾਅਦ ਹੁਣ ਉੱਤੋਂ ਦੀ ਰੋਟਾਵੇਟਰ ਸਟਾਰਟ ਕਰ ਦਿੱਤਾ ਅਤੇ ਬਸ ਇਹਦੇ ਉੱਤੇ ਸਿੱਧਾ ਹੀ ਆਪਾਂ ਹੁਣ ਸਿਆੜ ਕੱਢ ਕੇ ਅਤੇ ਲੇਬਰ ਤੋਂ ਲਵਾ ਦੇਣੀ ਹੈ ਜੀ ਮੱਕੀ ਅਤੇ ਉਹ ਆਪਾਂ ਮੇਰੇ ਖਿਆਲ 'ਚ ਇਹ ਵੀਡੀਓ ਲੰਬੀ ਹੋ ਜਾਣੀ ਹੈ ਅਤੇ ਉਹ ਮੈਂ ਅਲੱਗ ਤੋਂ ਇੱਕ ਵੀਡੀਓ ਬਣਾਵਾਂਗਾ ਜਿਹਦੇ 'ਚ ਕੱਲ੍ਹ IMT ਨਾਲ ਆਪਾਂ ਸਿਆੜ ਕੱਢਾਂਗੇ ਜੀ ਰੇਜੜ ਨਾਲ ਔਰ ਉਸ ਤੋਂ ਬਾਅਦ ਜੋ ਵੀ ਅੱਗੇ ਪ੍ਰੋਸੈਸ ਹੋਏਗਾ ਉਹ ਇੱਕ ਮਤਲਬ ਆਪਾਂ ਅਲੱਗ ਵੀਡੀਓ ਕਰ ਲਾਂਗੇ ਫਿਲਹਾਲ ਤੁਸੀਂ ਆਹ ਦੇਖੋ ਜੀ ਅਤੇ ਇੱਧਰ ਆਪਣੇ 2.5 ਕਿੱਲਿਆਂ ਦਾ ਇੱਕੋ ਪਲਾਟ ਸੀਗਾ ਉਹ ਹੋ ਚੁੱਕਿਆ ਜੀ ਰੈਡੀ ਆ ਜੀ ਇਸ ਟਾਈਮ ਅਤੇ ਆਹ ਇੱਕ ਖੇਤ ਆਇਆ ਜੀ ਅਤੇ ਇੱਕ ਪਰੇ ਸੀਗਾ 4 ਕਿੱਲਿਆਂ ਤੋਂ ਉੱਤੇ ਦੀ ਥਾਂ ਸੀਗੀ ਜੀ ਅਤੇ ਇਸ ਟਾਈਮ ਜਿੰਨੀ ਵਾਹੀ ਹੋਣੀ ਚਾਹੀਦੀ ਆ ਮੱਕੀ ਦੀ ਬਿਜਾਈ ਲਈ 19 ਕੁ ਤਾਂ ਹੋ ਚੁੱਕੀ ਆ ਜੀ ਬਾਕੀ ਆਪਣੇ ਵੱਲੋਂ ਤਾਂ ਕਸਰ ਕੋਈ ਨਹੀਂ
ਇਸ ਟਾਈਮ ਦੂਸਰੇ ਗੇਅਰ 'ਚ ਮਾਰ ਰਹੇ ਆ ਜੀ ਰੋਟਾਵੇਟਰ। ठीक है जी दोस्तों, इन्नी कु वीडियो थोड़े नाल सांझी करनी सी। बाकी यार ज़्यादा वीडियो वाला तो औखा जी, अपने लिए तो औखा, खासकर जिहड़ा बंदा कम वाला बंदा आ। बाकी जिन्हें यार दिहाड़ीदार ला के कम करवाउणा आ ते ओह तां देखो कर सकदा है, अपने वास दा नहीं भाई है। आपां तां मैं हुणे DAP ला के हटिया जी, चार खेतों च कल्ले ने लाया ते इस करके भाई औखा ही आ। ਅਤੇ ਜਿੰਨਾ ਕੁ ਆਪਣੇ ਕੋਲ ਟਾਈਮ ਨਿਕਲਦਾ ਉੱਨੀ ਕੁ ਵੀਡੀਓ ਆਪਾਂ ਬਣਾ ਲਈ ਦੀ ਆ। ਅਤੇ ਬਾਕੀ ਡੇਲੀ ਵਲੋਗਿੰਗ ਵਾਲਾ ਕੰਮ ਔਖਾ ਬਾਈ, ਸਾਨੂੰ ਦਿਓ ਮਾਫ਼ੀ। ਠੀਕ ਹੈ ਬਾਈ, ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਜੀ।